viewers, welcome back to News TV84. Break the button as the girl bath card. The answer to Harpreet Singh Jina, a media personality from Canada, Judy Kiswarasana for online. The Judchukine. GVG, Vaiguji ka Khalsa, Vaiguji ki Fateh. ਜੀ ਬਹੁਤ ਬਹੁਤ ਧੰਨਵਾਦ ਰੀਤ ਜੀ ਔਰ ਸਾਡੇ ਜਿੰਨੇ ਵੀ TV84 ਨੂੰ ਸੁਣਨ ਵਾਲੇ ਜਾਂ ਦੇਖਣ ਵਾਲੇ ਸਾਡੇ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਬਾਦਲਾਂ ਦੀ ਓਰਬਿਟ ਬੱਸ ਸਰਵਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ, ਉਸ ਤੋਂ ਬਾਅਦ ਲੜਕੀ ਨੂੰ ਉਸਦੇ ਭਰਾ ਨੂੰ ਤੇ ਉਸਦੀ ਮਾਂ ਨੂੰ ਚਲਦੀ ਬੱਸ ਦੇ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਵਿੱਚ ਬੱਚੀ ਦੀ ਉਸ ਵੇਲੇ ਹੀ ਮੌਤ ਹੋ ਗਈ ਹੈ। ਹੁਣ ਇਸ ਪੂਰਾ ਸਿਆਸੀ ਜਵਾਰ ਭਾਟਾ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਉੱਠਿਆ ਹੈ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਰੀਤੀ, ਬਹੁਤ ਦਫਾ ਮੇਰਾ ਖਿਆਲ ਜਿੰਨੀ ਕੁ ਵਾਰ ਵੀ ਸਾਡੀ ਗੱਲਬਾਤ ਹੁੰਦੀ ਆ, ਜਿੰਨੀ ਕੁ ਵਾਰ ਵੀ ਪੰਜਾਬ ਦੇ ਬਾਰੇ ਗੱਲਬਾਤ ਹੁੰਦੀ ਆ, ਤੇ ਉਸ ਗੱਲਬਾਤ ਦੇ ਵਿੱਚ ਜਦੋਂ ਅਸੀਂ ਆਪਣਾ ਵਿਅਕਤੀਗਤ ਆਪਣਾ ਨਜ਼ਰੀਆ ਰੱਖਦੇ ਹਾਂ, ਵਿਊ ਦਿੰਦੇ ਹਾਂ ਇੱਕ ਪਰਸਨਲ ਲੈਵਲ ਦੇ ਉੱਤੇ, ਖਾਸ ਤੌਰ ਦੇ ਉੱਤੇ ਮੈਂ ਤਾਂ ਇਹ ਕਹਿੰਦਾ ਕਿ ਸ਼ਾਇਦ ਸਿੱਖ ਇਤਿਹਾਸ ਦੇ ਇੰਨੀਆਂ ਸਦੀਆਂ ਦੇ ਵਿੱਚ ਜਿਹੜਾ ਇਹੋ ਜਿਹਾ ਕਲੰਕੀ ਬੰਦਾ ਸ਼ਾਇਦ ਨਹੀਂ ਜੰਮਿਆ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਵਰਗਾ ਇਹੋ ਜਿਹਾ ਬੇਗੈਰਤ ਕਿਸਮ ਦਾ ਜਿਹੜਾ ਸਿਆਸਤਦਾਨ, ਉਹ ਸ਼ਾਇਦ ਨਹੀਂ ਜੰਮਿਆ। ਹਾਂਜੀ, ਔਰ ਸ਼ਾਇਦ ਅਗਲੀਆਂ ਸਦੀਆਂ ਤੱਕ ਉਹ ਜੰਮੇ ਵੀ ਨਾ। ਜੀ, ਹੁਣ ਜਦੋਂ ਅਸੀਂ ਬਾਹਰੋਂ ਬੈਠ ਕੇ ਪੰਜਾਬ ਦੇ ਨਕਸ਼ੇ ਦੇ ਉੱਤੇ ਇੱਕ ਸਰਸਰੀ ਜਿਹੀ ਨਿਗਾਹ ਮਾਰਦੇ ਹਾਂ, ਇੱਕ ਛੋਟਾ ਜਿਹਾ ਸੂਬਾ, 109 ਲੱਖ ਏਕੜ ਜ਼ਮੀਨ ਦਾ ਸੂਬਾ, ਜੀ, ਜਿਹਦੇ ਵਿੱਚ ਕੋਈ 3 ਦਰਿਆ ਵਹਿੰਦੇ ਨੇ, ਉਹਨਾਂ ਦੇ ਵਿੱਚ ਸਾਡੇ ਆਰਥਿਕਤਾ ਦੇ ਵਿੱਚ ਕੀ ਆ, ਸਾਡੀ ਜ਼ਮੀਨ ਹੈ, ਸਾਡਾ ਪਾਣੀ ਹੈ, ਔਰ ਜਾਂ ਫਿਰ ਜੇਕਰ ਇੱਕ ਹੋਰ ਸਰੋਤ ਸਾਡੇ ਕੋਲ ਹੈ ਜੀ, ਤੇ ਉਹ ਹੈ ਸਾਡਾ ਜਿਹੜਾ ਹਿਊਮਨ ਰਿਸੋਰਸ, ਯਾਨੀ ਕਿ ਜਿਹੜਾ ਸਾਡਾ ਮਨੁੱਖਾਂ ਦਾ ਇੱਕ ਸਰੋਤ, ਸੋਮਾ, ਜਿਹੜਾ ਸਾਡੀ ਮਿਹਨਤ, ਸਾਡੀ ਕਾਰਗੁਜ਼ਾਰੀ, ਸਾਡੀ ਲਿਆਕਤ ਜਿਹੜੀ ਹੈਗੀ ਆ ਉਹ। ਹੁਣ ਜਦੋਂ ਅਸੀਂ ਪੂਰੇ ਦੇ ਪੂਰੇ ਖਿੱਤੇ ਦੇ ਵਿੱਚ ਅੱਜ ਦੇਖਦੇ ਹਾਂ, ਤੇ ਮੇਰਾ ਖਿਆਲ ਜੇ ਅਸੀਂ ਇਹ ਕਹਿਣਾ ਹੋਵੇ ਨਾ ਕਿ ਸੂਈ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਦੇ ਉੱਤੇ ਬਾਦਲ ਆ, ਤੇ ਕੋਈ ਅਤਕਥਨੀ ਨਹੀਂ ਹੋਏਗੀ ਜੀ। ਹੁਣ ਇੱਥੇ ਹਾਲਾਤ ਇਹੋ ਜਿਹੇ ਪੈਦਾ ਹੋਏ ਨੇ ਕਿ ਬੱਸਾਂ ਦਾ ਹੈਲਪਰ ਵੀ, ਬੱਸਾਂ ਦਾ ਕੰਡਕਟਰ ਜਾਂ ਡਰਾਈਵਰ, ਕਿਉਂਕਿ ਗੱਲ ਅੱਜ ਸਾਡੀ ਬੱਸਾਂ ਦੇ ਉੱਤੇ ਚੱਲ ਰਹੀ ਔਰ ਇਹ ਸਾਰੀਆਂ ਚੀਜ਼ਾਂ ਤੁਸੀਂ ਕਿਸੇ ਵੀ ਠੇਕੇ ਦੇ ਵਿੱਚ ਚਲੇ ਜਾਂਦੇ ਹੋ, ਕੋਈ ਠੇਕੇਦਾਰੀ ਸਿਸਟਮ ਦੇ ਵਿੱਚ, ਚਾਹੇ ਉਹ ਦਾਰੂਆਂ ਦਾ ਠੇਕਾ ਹੋ ਜਾਵੇ, ਚਾਹੇ ਉਹ ਰੇਤਿਆਂ ਦਾ ਠੇਕਾ ਹੋ ਜਾਵੇ, ਯਾਨੀ ਕਿ ਇਹੋ ਜਿਹਾ ਕਿਸੇ ਵੀ ਪ੍ਰਬੰਧ ਦੇ ਵਿੱਚ ਚੱਲੇ ਜਾਂਦੇ ਆ, ਤੇ ਮੇਡ ਇਨ ਬਾਦਲ ਜਿਹੜਾ ਹੈਗਾ ਆ ਜੀ, ਇਹ ਮੈਂ ਕਹਿ ਸਕਦਾ ਕਿ ਮੇਡ ਬਾਈ ਜਾਂ ਮੇਡ ਇਨ ਜਾਂ ਮੇਡ ਫੋਰ ਬਾਦਲ, ਜਿਹੜਾ ਕਿਤੇ ਨਾ ਕਿਤੇ ਸਾਨੂੰ ਉਹ ਨਿਗਾਹ ਚ ਆ ਜਾਏਗਾ। ਕੋਈ ਵੀ ਨਿੱਕੀ ਤੋਂ ਨਿੱਕੀ ਇੰਡਸਟਰੀ, ਕੋਈ ਵੀ ਛੋਟਾ ਮੋਟਾ ਵਪਾਰ ਜਿਹੜਾ ਹੈਗਾ, ਉਹਨਾਂ ਦੇ ਵਿੱਚ ਬਾਦਲਾਂ ਦੀ ਹਿੱਸਾ ਪੱਤੀ ਹੋਣੀ ਉਹ ਜ਼ਰੂਰੀ ਹੈ। ਜਦਕਿ ਜਿਹੋ ਜੇ ਅਸੀਂ ਦੇਖਦੇ ਹਾਂ ਕਿ ਉਹ ਢਾਬਿਆਂ ਤੱਕ ਇਹਨਾਂ ਲੋਕਾਂ ਨੇ ਨਹੀਂ ਛੱਡੇ। ਹਾਂਜੀ ਜੀ, ਹੁਣ ਬੱਸ ਦੀ ਗੱਲ ਕਿਉਂਕਿ ਅਸੀਂ ਅੱਜ ਤਾਂ ਕਰ ਰਹੇ ਹਾਂ ਜੀ, ਕਿ ਇੱਕ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਉਹ ਵਾਪਰੀ ਆ ਮੋਗੇ ਦੇ ਕੋਲ, ਜਿਹਦੇ ਵਿੱਚ ਬਾਦਲਾਂ ਦੀ ਬੱਸ ਦੇ ਵਿੱਚ ਜਿਹੜੇ ਉਹਨਾਂ ਦੇ ਕਰਿੰਦੇ ਨੇ, ਹਾਂਜੀ, ਉਹਨਾਂ ਨੇ ਕੀ ਕੀਤਾ ਉਸ ਛੋਟੀ ਬੱਚੀ ਦੇ ਨਾਲ, ਉਹ 13-14 ਸਾਲ ਦੀ ਮਾਸੂਮ ਬੱਚੀ ਦੇ ਨਾਲ ਕੀ ਕੀਤਾ, ਜਾਂ ਉਹਦੀ ਮਾਂ ਦੇ ਨਾਲ ਕੀ ਕੀਤਾ, ਜਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਸੁੱਟਿਆ ਗਿਆ। ਜੇ ਅਸੀਂ ਇਸ ਚੀਜ਼ ਦੀ ਸਿਰਫ ਪਿਕਚਰ ਦੇਖਦੇ ਹਾਂ ਨਾ ਰੀਤ ਜੀ, ਤੇ ਮੈਂ ਕਿਉਂਕਿ ਉਸ ਚੀਜ਼ ਦੀ ਪਿਕਚਰ ਦੇਖੀ ਆ, ਤੇ ਉਹ ਪਿਕਚਰ ਦੇਖੀ ਨਹੀਂ ਸੀ ਜਾ ਰਹੀ, ਉਹ ਜਿਹੜੀ ਲੜਕੀ ਉਹ ਅੱਧ ਨੰਗੀ ਅਵਸਥਾ ਦੇ ਵਿੱਚ ਸੜਕ ਦੇ ਉੱਤੇ ਪਈ ਹੈ, ਉਹਦਾ ਸਿਰ ਜਿਹੜਾ ਹੈਗਾ ਉਹ ਖੁੱਲਿਆ ਪਿਆ, ਸਿਰ ਦੇ ਵਿੱਚੋਂ ਸਾਰਾ ਜੋ ਵੀ ਸਿਰ ਦੇ ਅੰਦਰ ਉਹਦਾ ਚਾਹੇ ਦਿਮਾਗ ਆ ਚਾਹੇ ਉਹਦੀਆਂ ਨਾੜਾਂ, ਉਹ ਬਾਹਰ ਖਿਲਰੀਆਂ ਪਈਆਂ ਨੇ ਜੀ। ਔਰ ਇਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਮਾਤਾ ਉਹ ਵੀ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਪਈ ਹੈ। ਹਾਂਜੀ, ਔਰ ਕਿੰਨੀਆਂ ਅਪੁਸ਼ਟ ਖਬਰਾਂ ਆ ਰਹੀਆਂ ਨੇ। ਦੇਖੋ, ਇੱਕ ਬੱਸ ਹੈ, ਬੱਸ ਦੇ ਵਿੱਚ ਘਟਨਾ ਵਾਪਰੀ, ਬੱਸ ਦੇ ਵਿੱਚ ਕੁਝ ਕੁ ਸਵਾਰੀਆਂ ਹੋਣਗੀਆਂ। ਅਜੇ ਤੱਕ ਕੋਈ ਵੀ ਏਦਾਂ ਦੀ ਵੀਡੀਓ ਮੇਰੀ ਨਿਗਾਹ ਦੇ ਅੱਗੇ ਘੱਟੋ ਘੱਟ ਨਹੀਂ ਗੁਜ਼ਰੀ, ਜਿਹਦੇ ਵਿੱਚ ਇਹ ਹਾਲਾਤਾਂ ਦਾ ਸਿਰਫ ਉਹਦੀ ਮਾਤਾ ਨੇ ਜ਼ਰੂਰ ਦੱਸਿਆ ਕਿ ਕੀ ਕੀ ਕੁਛ ਹੋਇਆ, ਪਰ ਜਿਹੜਾ ਉਹਨਾਂ ਸਾਰੇ ਹਾਲਾਤਾਂ ਨੂੰ ਬਿਆਨ ਕਰਦਾ ਹੋਏ, ਇਹ ਕੀ ਹੈ, ਇੱਕ ਡਰ, ਇੱਕ ਸਹਿਮ। ਕੋਈ ਵੀ ਵਿਅਕਤੀ ਉੱਥੇ ਬੋਲਣ ਨੂੰ ਰਾਜ਼ੀ ਨਹੀਂ, ਇਹ ਹੈਗਾ ਇੱਕ ਸਹਿਮ। ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਜਿੰਨੇ ਵੀ ਕੰਡਕਟਰ ਨੇ, ਜਿੰਨੇ ਵੀ ਡਰਾਈਵਰ ਨੇ, ਜਾਂ ਜਿੰਨੇ ਵੀ ਉਹਨਾਂ ਦਾ ਹੋਕਾ ਦੇਣ ਵਾਲੇ ਜਾਂ ਹੈਲਪਰ ਨੇ, ਉਹ ਜਦੋਂ ਗੱਲ ਕਰਦੇ ਨੇ
ਜੇ ਉਹ ਆਰਬਿਟ ਬੱਸ ਦੇ ਵਿੱਚ ਹੈਗੇ ਨੇ ਤੇ ਆਪਣੇ ਆਪ ਨੂੰ ਡੀਸੀ ਤੋਂ ਘੱਟ ਨਹੀਂ ਸਮਝਦੇ। ਬਿਲਕੁਲ, ਇਹਨਾਂ ਦੇ ਤੁਸੀਂ ਪਿਛਲੀਆਂ ਸਮਿਆਂ ਦੇ ਵਿੱਚ ਵੀ ਦੇਖ ਲਓ ਕਿ ਆਰਬਿਟ ਬੱਸਾਂ ਦੇ ਨਾਲ ਟਕਰਾ ਕੇ ਕਿੰਨੀਆਂ ਜ਼ਿਆਦਾ ਮੌਤਾਂ ਹੋਈਆਂ, ਆਰਬਿਟ ਬੱਸਾਂ ਨੇ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਗੁੰਡੇ ਅੰਦਰ ਭਰਤੀ ਕੀਤੇ ਗਏ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ ਲੋਕ ਉਹਨਾਂ ਦੀ ਕੁੱਟਮਾਰ ਕੀਤੀ, ਬਿਲਕੁਲ ਇੰਨੀ ਗੁੰਡਾਗਰਦੀ ਕੀਤੀ। ਇਸ ਗੁੰਡਾਗਰਦੀ ਹੋਣ ਦੇ ਬਾਵਜੂਦ ਕੀ ਉਸ ਟਰਾਂਸਪੋਰਟੇਸ਼ਨ ਦੀ ਜਿਹੜੀ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਹੁਣ ਇਹ ਕਹਿ ਰਿਹਾ ਕਿ ਇਹਨਾਂ ਦੀ ਓਰੀਐਂਟੇਸ਼ਨ ਕਰਾਵਾਂਗੇ, ਜੀ ਮੈਨੂੰ ਇਹ ਲੱਗਦਾ ਕਿ ਓਰੀਐਂਟੇਸ਼ਨ ਇਸ ਸ਼ਖਸ ਦੀ ਹੋਣੀ ਜ਼ਰੂਰੀ ਆ। ਇਸ ਸ਼ਖਸ ਦਾ ਦਿਮਾਗ ਜਿਹੜਾ ਹੈਗਾ ਉਹ ਚੈੱਕ ਹੋਣਾ ਜ਼ਰੂਰੀ ਆ, ਜਿਹਦੇ ਵਿੱਚ ਹੰਕਾਰ ਦੇ ਫਤੂਰ ਤੋਂ ਇਲਾਵਾ ਹੋਰ ਕੁਝ ਕੋਈ ਚੀਜ਼ ਨੀ। ਇਸ ਸ਼ਖਸ ਨੂੰ ਮੈਂ ਬਹੁਤ ਵਾਰੀ ਇਹ ਤੁਹਾਡੇ ਪ੍ਰੋਗਰਾਮ ਦੇ ਉੱਤੇ ਜਾਂ ਜਿੱਥੇ ਕਿਤੇ ਵੀ ਮੇਰੀ ਲਿਖਤ ਹੁੰਦੀ ਆ, ਕਿਤੇ ਵੀ ਮੈਂ ਲਿਖਦਾ, ਮੈਂ ਇਹ ਜ਼ਰੂਰ ਕਹਿੰਦਾ ਕਿ ਇਸ ਬੰਦੇ ਦੀ ਔਕਾਤ ਜਿਹੜੀ ਹੈਗੀ ਆ, ਜੇ ਇਸ ਬੰਦੇ ਦੇ ਨਾਲੋਂ ਬਾਦਲ ਨਾਂ ਦਾ ਸ਼ਬਦ ਕੱਢ ਲਿਆ ਜਾਵੇ ਤੇ ਮੇਰਾ ਖਿਆਲ ਨੀ ਕਿ ਇਹਨੂੰ ਕਿਸੇ ਨੇ ਸਕੂਲ ਦੇ ਵਿੱਚ ਚਪੜਾਸੀ ਵੀ ਰੱਖਣਾ। ਇਹਦੀ ਔਕਾਤ ਇਹੋ ਜਿਹੀ ਆ, ਇਸ ਬੰਦੇ ਦੀ ਹੈਸੀਅਤ ਇਹੋ ਜਿਹੀ ਆ, ਇਸ ਬੰਦੇ ਦੀ ਲਿਆਕਤ ਇਹੋ ਜਿਹੀ ਆ, ਇਸ ਬੰਦੇ ਦੀ ਬੋਲ ਬਾਣੀ ਜਿਹੜੀ ਹੈਗੀ ਆ ਉਹ ਇਹੋ ਜਿਹੀ ਆ, ਜਿਸ ਬੰਦੇ ਨੂੰ ਅੱਜ ਪੰਜਾਬ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਸੌਂਪ ਦਿੱਤੀ ਗਈ ਆ। ਇਹ ਤਰਾਸਦੀ ਆ ਸਾਡੇ ਪੰਜਾਬ ਦੀ, ਇਹ ਸਾਡੇ ਲੋਕਾਂ ਦੀ ਤਰਾਸਦੀ ਆ। ਹੁਣ ਫਿਰ ਅਸੀਂ ਉਸੇ ਗੱਲ ਦੇ ਉੱਤੇ ਵਾਪਸ ਆਉਂਦੇ ਆ ਜੀ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਨਾ ਤਾਂ ਕੋਈ ਬਹੁਤ ਜ਼ਿਆਦਾ ਨਿਊਜ਼ ਜਿਹੜੀ ਹੈਗੀ ਆ ਉਹ ਅੱਗੇ ਆਈ ਆ। ਜੇਕਰ ਕੋਈ ਚੀਜ਼ਾਂ ਡਿਸਕਸ਼ਨ ਹੁੰਦੀਆਂ ਨੇ ਖਾਸ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਲੀਡਰ ਨੇ, ਚਾਹੇ ਰੱਖੜੇ ਨੇ ਇੱਕ ਬਿਆਨ ਦਿੱਤਾ ਜੀ ਇਹ ਤਾਂ ਰੱਬ ਦੀ ਮਰਜ਼ੀ ਆ, ਹਾਂਜੀ ਇਹ ਤਾਂ ਰੱਬ ਦੀ ਮਰਜ਼ੀ ਆ, ਤੇ ਫਿਰ ਤੁਸੀਂ ਉੱਥੇ ਮਿਨਿਸਟਰ ਕਾਹਦੇ ਲਈ ਲੱਗੇ ਹੋ? ਬਿਲਕੁਲ ਜੇ ਇਹ ਚੀਜ਼ਾਂ ਰੱਬ ਦੀ ਮਰਜ਼ੀ ਨੇ, ਬਿਲਕੁਲ ਇਹ ਗੱਲ ਸਹੀ ਆ, ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਆ ਕਿ ਇਹ ਰੱਬ ਦੀ ਮਰਜ਼ੀ ਆ। ਜੇ ਰੱਬ ਦੀ ਮਰਜ਼ੀ ਵੀ, ਰੱਬ ਦੀ ਮਰਜ਼ੀ ਦੇ ਨਾਲ ਹੀ ਤੂੰ ਜਿਹੜਾ ਹੈਗਾ ਆ ਉੱਥੇ ਮਿਨਿਸਟਰ ਲੱਗਾ ਹੋਇਆ, ਇਹ ਰੱਬ ਦੀ ਮਰਜ਼ੀ ਆ, ਸੁਖਬੀਰ ਸਿੰਘ ਬਾਦਲ ਜਿਹੜਾ ਹੈਗਾ ਉਹਦੇ ਵਰਗੇ ਗਪੌੜ ਸ਼ੰਖੀ ਜਿਹੜੇ ਹੈਗੇ ਨੇ ਉਹ ਅੱਜ ਉਸ ਦੇਸ਼ ਦੇ ਉੱਤੇ ਉਸ ਖੱਤੇ ਦੇ ਉੱਤੇ ਰਾਜ ਕਰਦੇ ਨੇ, ਤੇ ਇਹ ਰੱਬ ਦੀ ਹੀ ਮਰਜ਼ੀ ਆ ਕਿ ਅਸੀਂ ਰਿਟੈਲੀਏਟ ਕਰ ਰਹੇ ਹਾਂ। ਹਾਂਜੀ ਠੀਕ ਆ ਜੀ। ਹੁਣ ਉਸ ਸਾਰੇ ਦੇ ਸਾਰੇ ਵਰਤਾਰੇ ਦੇ ਵਿੱਚੋਂ ਜੇ ਅਸੀਂ ਪੁਲਿਸ ਦੀ ਜੇ ਅਸੀਂ ਪੁਲਿਸ ਦੇ ਬਿਆਨ ਦੇਖਦੇ ਹਾਂ, ਪਰਮਜੀਤ, ਪਰਮਰਾਜ ਤੇ ਉਮਰਾ ਨੰਗਲ ਉਹ ਦੱਸ ਰਿਹਾ, ਉਹਨੂੰ ਉਹ ਸਵਾਲ ਕੀਤੇ ਜਾ ਰਹੇ ਨੇ ਕਿ ਕੀ ਉਹਦੇ ਪਰਦੇ ਲੱਗੇ ਸੀ, ਤੁਸੀਂ ਇਨਕੁਆਇਰੀ ਕੀਤੀ? ਹਾਂ ਇਨਕੁਆਇਰੀ ਚੱਲ ਰਹੀ ਆ, ਇਨਕੁਆਇਰੀ ਚੱਲ ਰਹੀ ਆ। ਇਹ ਕਿ ਇਹ ਕੋਈ ਜਿਹੜਾ ਹੋਮਿਸਾਈਡ ਹੋਇਆ ਇਹ ਕੋਈ ਸਾਜਿਸ਼ ਤੇ ਹੈ ਨੀ ਸੀ। ਹਾਂਜੀ ਬੱਸ ਦੇ ਪਰਦੇ ਲੱਗੇ ਆ, ਬੱਸ ਦੇ ਜਿਹੜੇ ਸ਼ੀਸ਼ੇ ਕਾਲੇ ਆ ਜਾਂ ਨਹੀਂ ਕਾਲੇ ਉਹ ਹਰ ਇੱਕ ਬੰਦਾ ਪਹਿਲੀ ਨਜ਼ਰ ਦੇ ਵਿੱਚ ਦੇਖ ਲੂਗਾ, ਕੋਈ ਵੀ ਬੰਦਾ, ਉਹਦੇ ਚ ਐਕਸਪਰਟੀਜ਼ ਦੀ ਕੀ ਜ਼ਰੂਰਤ ਹੈ? ਬੱਸ ਕੋਈ ਵੀ ਐਕਸੀਡੈਂਟ ਹੋਇਆ, ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਘਟਨਾ ਜਾਂ ਦੁਰਘਟਨਾ ਹੁੰਦੀ ਆ, ਉਹਦੇ ਚ ਕਾਗਜ਼ ਵਾਚੇ ਜਾਂਦੇ ਨੇ। ਉਹਨੂੰ ਸਵਾਲ ਕੀਤਾ ਗਿਆ ਉਮਰਾ ਨੰਗਲ ਨੂੰ ਵੀ ਕੀ ਜਿਹੜੀ ਬੱਸ ਦਾ ਡਰਾਈਵਰ ਸੀ ਇਹ ਵੀ ਕਿਹਾ ਜਾਂਦਾ ਕਿ ਉਹਦੇ ਕੋਲ ਲਾਇਸੈਂਸ ਨਹੀਂ ਸੀ? ਨਹੀਂ ਜੀ, ਉਹ ਵੀ ਅਸੀਂ ਇਨਕੁਆਇਰੀ ਕਰ ਰਹੇ ਹਾਂ। ਉਹ ਤੋਂ ਬਾਅਦ ਇਹ ਕਿਹਾ ਗਿਆ ਕਿ ਬੱਸ ਕੋਲ ਰੂਟ ਹੈ, ਇਹ ਵੀ ਇਨਕੁਆਇਰੀ ਕਰ ਰਹੇ ਹਾਂ ਜੀ। ਔਰ ਇਹ ਇਨਕੁਆਇਰੀ ਜਿਹੜੀ ਹੈਗੀ ਆ ਸਾਲਾਂ ਬੱਧੀ ਚੱਲੇਗੀ, ਔਰ ਉਹਨਾਂ ਤੋਂ ਬਾਅਦ ਇਹਨਾਂ ਦਾ ਕੁਛ ਨੀ ਹੋਣਾ, ਨਾ ਤਾਂ ਪਹਿਲੀ ਵਾਰੀ ਪਹਿਲੀਆਂ ਚ ਕੁਛ ਹੋਇਆ ਨਾ ਇਹਦੇ ਵਿੱਚ ਹੋਣਾ। ਹੁਣ ਜਦੋਂ ਅਸੀਂ ਇੱਦਾਂ ਦੇ ਬੱਸ ਕਾਂਡਾਂ ਦੀਆਂ ਦੂਸਰੀਆਂ ਗੱਲਾਂ ਕਰਦੇ ਹਾਂ, ਚਾਹੇ ਉਬੇਰ ਜਦੋਂ ਸੀਗਾ ਟੈਕਸੀ ਜਿਹੜਾ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਸੀ, ਉਹਨਾਂ ਦੇ ਵਿੱਚ ਪੁਲਿਸ ਨੇ FIR ਜਿਹੜੀ ਹੈਗੀ ਉਹਨਾਂ ਦੇ ਮਾਲਕਾਂ ਦੇ ਖਿਲਾਫ ਕੀਤੀ ਸੀ, ਜਦਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹਾਂਜੀ ਉਹ ਤੋਂ ਬਾਅਦ ਜਿਹੜੀ ਜਿਹੜੀ ਉਹ ਲੜਕੀ ਦੇ ਨਾਲ ਦਾਮਿਨੀ ਸਿੰਘ ਦਿੱਲੀ ਦੁਬਾਰਾ ਦੇ ਵਿੱਚ ਜੋ ਘਟਨਾ ਹੋਈ ਆ, ਯਾਦਵ ਟਰਾਂਸਪੋਰਟ ਜਿਹੜੀ ਸੀ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਉੱਤੇ ਕੇਸ ਦਰਜ ਹੋਇਆ। ਹਾਂਜੀ ਤੇ ਫਿਰ ਬਾਦਲ ਇਹੋ ਜਿਹੇ ਕਿਹੜੇ ਅਸਮਾਨਾਂ ਤੋਂ ਉਤਰੇ ਹੋਏ ਨੇ ਕਿ ਇਹਨਾਂ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂ ਹੋ ਸਕਦਾ? ਜੀ ਬਿਲਕੁਲ ਜੀ, ਜਿਹੜਾ ਕਾਨੂੰਨ ਹੈ ਕਿ ਇਹ ਸਿਰਫ ਤਵਾਇਫ ਦਾ ਕੋਠਾ, ਉੱਥੇ ਮੈਂ ਇਹ ਸ਼ਬਦ ਯੂਜ਼ ਕਰ ਰਿਹਾ ਅੱਜ, ਹਾਂਜੀ ਮੈਨੂੰ ਕੋਈ ਇਹੋ ਜਿਹੇ ਸ਼ਬਦ ਯੂਜ਼ ਕਰਨ ਲੱਗਿਆ ਮੈਨੂੰ ਕੋਈ ਖੁਸ਼ੀ ਮਹਿਸੂਸ ਨਹੀਂ ਹੋ ਰਹੀ। ਪਰ ਜਿਸ ਤਰੀਕੇ ਦੇ ਨਾਲ ਉਸ ਘਟੀਆ ਨਿਜ਼ਾਮ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਨੇ, ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਜਿਹਦੇ ਵਿੱਚ ਇੱਕ ਮਨੁੱਖਤਾ ਦੇ ਲਈ ਥੋੜਾ ਜਿਹਾ ਵੀ ਦਰਦ ਆ ਉਹਦੀ ਜ਼ੁਬਾਨ ਦੇ ਵਿੱਚੋਂ, ਮੈਂ ਬਹੁਤ ਗੱਲਾਂ ਬੋਚ ਬੋਚ ਕੇ ਕਰ ਰਿਹਾ ਪਰ ਫਿਰ ਵੀ ਮੇਰੀ ਜ਼ੁਬਾਨ ਦੇ ਵਿੱਚੋਂ ਇਹ ਗੱਲਾਂ ਬਾਹਰ ਆ ਰਹੀਆਂ ਨੇ। ਬਿਲਕੁਲ ਜੀ, ਉਹ ਸਾਡੀ ਇੱਕ ਰਿਜੈਂਟਮੈਂਟ ਦਾ, ਸਾਡੀ ਰਿਟੈਲੀਏਸ਼ਨ ਦਾ ਇੱਕ ਤਰੀਕਾ, ਜਿਹੜੀਆਂ ਜਿਹੜੇ ਸਾਡੀ ਜ਼ੁਬਾਨ ਤੋਂ ਇਹੋ ਜਿਹੇ ਜਿਹੜੇ ਸ਼ਬਦ ਨੇ ਉਹ ਬਾਹਰ ਆ ਰਹੇ ਨੇ। ਮੈਂ ਇਹ ਕਹਿੰਦਾ ਕਿ ਕਾਨੂੰਨ
ਸਿਰਫ ਇਹਨਾਂ ਦੀਆਂ ਰਖੇਲਾਂ ਨੇ, ਕੁਛ ਇੱਕ ਵੱਡੇ ਬੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਕਾਨੂੰਨ ਦੇ ਹੱਥ ਕਹਿੰਦੇ ਨੇ ਕਿ ਬਹੁਤ ਲੰਬੇ ਨੇ, ਪਰ ਕਾਨੂੰਨ ਦਾ ਹੱਥ ਇਹਨਾਂ ਦੇ ਕਿਸੇ ਕਰਿੰਦੇ ਤੱਕ ਵੀ ਨਹੀਂ ਪਹੁੰਚ ਸਕਦਾ। ਹਾਂਜੀ, ਕਾਨੂੰਨ ਨੂੰ ਇੰਨਾ ਕੁ ਇਹਨਾਂ ਨੇ ਸਮੇਟ ਲਿਆ, ਕਾਨੂੰਨ ਨੂੰ ਇੰਨਾ ਕੁ ਇਹਨਾਂ ਨੇ ਆਪਣੇ ਕੰਟਰੋਲ ਚ ਕਰ ਰਿਹਾ ਕਿ ਕਿਸੇ ਵੀ ਤਰੀਕੇ ਉਹ ਕਾਨੂੰਨ ਇਹਨਾਂ ਦੇ ਵੱਲ ਅੱਖ ਕਰਕੇ ਉਹ ਨਹੀਂ ਦੇ ਸਕਦਾ, ਜਿਹੜੀ ਕਿ ਬਹੁਤ ਵੱਡੀ ਤਰਾਸਦੀ ਆ। ਹੁਣ ਅਗਲੀ ਗੱਲ ਇਹ ਆਉਂਦੀ ਆ ਇਸੇ ਕੇਸ ਦੇ ਵਿੱਚੋਂ ਕਿ ਜੋ ਲੜਕੀ ਦਾ ਪਿਓ ਜਿਹਨੇ ਪਹਿਲਾਂ ਨਾ ਕੀਤੀ ਸੀ ਕਿ ਅਸੀਂ ਪੈਸੇ ਨਹੀਂ ਲੈਣੇ, ਪਰ ਉਸ ਲੜਕੀ ਦੇ ਪਿਓ ਨੇ ਇਹ ਕਿਹਾ ਕਿ ਮੈਨੂੰ ਕੋਈ ਜੋ ਵੀ ਮੇਰੀ ਸਰਕਾਰ ਨੇ ਮੈਨੂੰ ਦੇ ਤਾ ਮੈਂ ਉਹਦੇ ਤੋਂ ਖੁਸ਼ ਹਾਂ, ਮੈਨੂੰ ਮੇਰੀ ਔਰਤ ਵਾਪਸ ਚਾਹੀਦੀ ਆ, ਮੈਨੂੰ ਮੇਰੀ ਜਿਹੜੀ ਲੜਕੀ ਦੀ ਲਾਸ਼ ਵਾਪਸ ਚਾਹੀਦੀ ਆ, ਮੈਨੂੰ ਹੋਰ ਕੁਛ ਨੀ ਚਾਹੀਦਾ। ਤੋ ਹੁਣ ਇਹ ਕੀ ਇਹਦੇ ਚ ਅਸੀਂ ਕੀ ਸਿੱਟਾ ਕਰ ਸਕਦੇ ਹਾਂ? ਕੁਝ ਕੁ ਦਿਨ ਪਹਿਲਾਂ ਉਹ ਜਿਹੜਾ ਵਿਅਕਤੀ, ਉਹ ਲਾਚਾਰ ਵਿਅਕਤੀ, ਉਹ ਇਹ ਕਹਿ ਰਿਹਾ ਸੀ ਕਿ ਅਸੀਂ ਕਾਨੂੰਨ ਜਿਨ੍ਹਾਂ ਨੇ ਵੀ ਇਸ ਕਾਨੂੰਨ ਦੀ ਉਲੰਘਣਾ ਕੀਤੀ ਆ ਅਸੀਂ ਉਹਨੂੰ ਸਜ਼ਾਵਾਂ ਦੇਣੀਆਂ ਨੇ, ਦਿਖਾਉਣੀਆਂ ਨੇ। ਪਰ ਅੱਜ ਉਹ ਜਿਹੜਾ ਵਿਅਕਤੀ ਆ ਕਿੰਨੀ ਸਟ੍ਰੈਸ ਦੇ ਵਿੱਚੋਂ, ਉਸ ਪੂਰੇ ਦੇ ਪੂਰੇ ਸਿਸਟਮ ਦੇ ਵਿੱਚੋਂ, ਖ਼ਬਰਾਂ ਇਹ ਵੀ ਸਾਹਮਣੇ ਆਈਆਂ ਕਿ ਜਿਸ ਥਾਂ ਦੇ ਉੱਤੇ ਉਸ ਲੜਕੀ ਦਾ ਜਿਹੜਾ ਪਿਓ ਉਹ ਨੌਕਰੀ ਕਰਦਾ, ਉਸ ਉਹਨਾਂ ਤੋਂ ਵੀ ਉਹਨੂੰ ਪ੍ਰੈਸ਼ਰਾਈਜ਼ ਕਰਵਾਇਆ ਗਿਆ। ਸੋ ਪਰ ਹੁਣ ਚਾਹੇ ਉਸ ਪਿਓ ਨੇ ਪੈਸੇ ਕਬੂਲ ਕੀਤੇ ਨੇ, ਪਰ ਹੁਣ ਸਵਾਲ ਇਹ ਹੁੰਦਾ ਕਿ ਕਾਨੂੰਨ ਕਿੱਥੇ ਖੜਾ? ਬਿਲਕੁਲ, ਇਹ ਉਸੇ ਤਰੀਕੇ ਦੇ ਨਾਲ ਇਹ ਉਹੋ ਜਿਹਾ ਹੀ ਇੱਕ ਵਰਤਾਰਾ ਨਹੀਂ ਸਿਰਜਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਕਿ ਅਰਬ ਦੇਸ਼ਾਂ ਦੇ ਵਿੱਚ ਬਲੱਡ ਮਨੀ ਦਿੱਤੀ ਜਾਂਦੀ ਆ ਕਿ ਹਾਂ ਤੁਸੀਂ ਕਿਸੇ ਦਾ ਰੇਪ ਕਰੋ, ਤੁਸੀਂ ਕਿਸੇ ਦਾ ਕਤਲ ਕਰੋ, ਉਹ ਤੋਂ ਬਾਅਦ 1 ਲੱਖ 2 ਲੱਖ ਜਿੰਨੇ ਵੀ ਦਿਨਾਰ ਦੇਣੇ ਆ ਜਾਂ ਜੋ ਵੀ ਉਹਨਾਂ ਦੀ ਕਰੰਸੀ ਹੈਗੀ ਆ ਉਹ ਉਹਨਾਂ ਨੂੰ ਦੋ ਤੇ ਉਹਨਾਂ ਤੋਂ ਮੂੰਹ ਚੁੱਪ ਕਰਾ ਦੋ। ਔਰ ਇਹੀ ਜਿਹੜੀਆਂ ਚੀਜ਼ਾਂ ਨੇ ਇਹ ਉਸ ਬਾਦਲ ਦੇ ਰਾਜ ਦੇ ਵਿੱਚ ਅੱਜ ਹੋ ਰਹੀਆਂ ਨੇ। ਔਰ ਬਹੁਤ ਵੱਡੀ ਇੱਕ ਵਿਡੰਬਣਾ ਵਾਲੀ ਗੱਲ ਇਹ ਹੈਗੀ ਆ ਕਿ ਜਿਹੜਾ ਈਵਨ ਬਿਰਤਾਂਤ ਵੀ ਸਿਰਜਿਆ ਜਾ ਰਿਹਾ, ਜਿਹੜਾ ਇੱਕ ਨੈਰੇਟਿਵ ਵੀ ਸਿਰਜਿਆ ਜਾ ਰਿਹਾ, ਉਹ ਵੀ ਇਸੇ ਤਰੀਕੇ ਦਾ ਸਿਰਜਿਆ ਜਾ ਰਿਹਾ ਕਿ ਹਾਂ ਉਸ ਲੜਕੀ ਦੇ ਪਿਓ ਨੂੰ ਪੈਸੇ ਲੈ ਲੈਣੇ ਚਾਹੀਦੇ ਸੀ ਤੇ ਚੁੱਪ ਹੁਣ ਜੇ ਕਰ ਗਿਆ ਤੇ ਉਹਨੇ ਵਧੀਆ ਕੀਤਾ ਕਿਉਂਕਿ ਉਹਨੂੰ ਕੋਈ ਆਸ ਨਹੀਂ ਹੈ ਕਿਸੇ ਵੀ ਕਾਨੂੰਨ ਤੋਂ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਮੀਡੀਆ ਦਾ ਕੀ ਰੋਲ ਸੀ, ਮੈਂ ਮੀਡੀਆ ਦਾ ਆਪਣੇ ਟੋਰਾਂਟੋ ਦੇ ਵਿੱਚ ਜ਼ਰੂਰ ਇਹ ਗੱਲ ਇੱਕ ਇੱਥੇ ਬਹੁਤ ਮਸ਼ਹੂਰ ਟੀਵੀ ਚੈਨਲ ਹੈਗਾ, ਉਹਦੇ ਇੱਕ ਜਿਹੜਾ ਹੋਸਟ ਆਪਣੇ ਆਪ ਨੂੰ ਬਹੁਤ ਕਾਬਿਲ ਕਹਾਉਣ ਵਾਲਾ ਹੋਸਟ, ਉਹ ਇਹ ਕਹਿੰਦਾ ਸੁਣਿਆ ਗਿਆ ਜੋ ਬਿਰਤਾਂਤ ਉਹਨੇ ਸਿਰਜਿਆ, ਜੋ ਨੈਰੇਟਿਵ ਇਸ ਚੀਜ਼ ਦਾ ਉਹਨੇ ਸਿਰਜਿਆ ਕਿ ਦੇਖੋ ਜੀ ਇਹ ਹੋ ਸਕਦਾ, ਉਹਨੇ ਇਹ ਇਸ ਤਰੀਕੇ ਨਾਲ ਕਿਹਾ ਕਿ ਇਹ ਹੋ ਸਕਦਾ ਕਿ ਬੱਸ ਚੱਲਦੀ ਹੋਵੇ, ਉਹਦੇ ਕੋਲ 100 ਰੁਪਈਏ ਸੀ, ਉਹਨੇ 3 ਟਿਕਟਾਂ ਲੈਣੀਆਂ ਸੀ, ਹੋ ਸਕਦਾ ਉਹਦੇ ਕੋਲ ਪੈਸੇ ਨਾ ਹੋਣ, ਤੇ ਇਹ ਵੀ ਹੋ ਸਕਦਾ ਕਿ ਟੈਸ਼ ਦੇ ਵਿੱਚ ਆ ਕੇ ਜਿਹੜਾ ਕੰਡਕਟਰ ਸੀਗਾ ਉਹਨੇ ਉਹਨੂੰ ਹੌਲੀ ਜਿਹੀ ਬੱਸ ਦੇ ਵਿੱਚੋਂ ਬੱਸ ਹੌਲੀ ਕਰਕੇ ਉਹਨੂੰ ਉਹਨੇ ਕਿਹਾ ਤਾਂ ਹੋਣਾ ਵੀ ਤੁਸੀਂ ਬਾਹਰ ਜਾਓ। ਹਾਂਜੀ, ਤੇ ਇਹੋ ਜਿਹੀ ਕੋਈ ਵੀ ਘਟਨਾ ਇਹੋ ਜਿਹੀ ਨਹੀਂ ਵਾਪਰੀ ਹੋਣੀ ਉੱਥੇ ਉਸ ਬੱਸ ਦੇ ਵਿੱਚ ਕਿ ਕਿਸੇ ਨੇ ਉਹਦੇ ਨਾਲ ਛੇੜਖਾਨੀ ਕੀਤੀ ਹੋਏਗੀ। ਹਾਂ, ਕਿਉਂਕਿ ਹੁਣ ਉਹਨੂੰ ਧੱਕਾ ਦੇ ਤਾ, ਹੋ ਸਕਦਾ ਵੀ ਉਹਦੇ ਕੋਲ ਕਿਉਂਕਿ ਪੈਸੇ ਨਹੀਂ ਸਨ ਉਹਨੂੰ ਧੱਕਾ ਦੇ ਤਾ ਗਿਆ, ਉਹਦੀ ਮੌਤ ਹੋ ਗਈ, ਹੁਣ ਸਾਰੀ ਦੀ ਸਾਰੀ ਕਿਉਂਕਿ ਸਿੰਪਤੀ ਉਸ ਔਰਤ ਦੇ ਵੱਲ ਹੈ। ਔਰ ਇਹ ਹੋ ਸਕਦਾ ਕਿਤੇ ਨਾ ਕਿਤੇ ਉਹ ਹਿੰਟ ਦੇ ਰਿਹਾ ਸੀਗਾ ਇਸ ਗੱਲ ਨੂੰ ਕਿ ਹੋ ਸਕਦਾ ਕਿ ਔਰਤ ਜਿਹੜੀ ਹੈਗੀ ਆ ਇਹ ਗੱਲ ਸ਼ਾਇਦ ਝੂਠ ਬੋਲਦੀ ਹੋਵੇ। ਅਗਲੀ ਗੱਲ ਉਹ ਇਹ ਕਹਿੰਦਾ ਪਿਆ ਕਿ ਅਜੇ ਤੱਕ ਮੈਨੂੰ ਨੀ ਲੱਗਦਾ ਕਿ ਪੰਜਾਬ ਦੇ ਜਿਹੜਾ ਪੰਜਾਬ ਦੇ ਲੋਕਾਂ ਦੀਆਂ ਰਗਾਂ ਦਾ ਜਿਹੜਾ ਖੂਨ ਆ ਉਹ ਅਜੇ ਤੱਕ ਚਿੱਟਾ ਹੋਇਆ ਹੋਏਗਾ, ਕਿ ਕੋਈ ਬੰਦਾ ਜੇਕਰ ਬੱਸ ਦੇ ਵਿੱਚ ਛੇੜਖਾਨੀ ਕਰਦਾ ਹੋਏਗਾ ਤੇ ਇਹ ਹੋ ਨੀ ਸਕਦਾ ਕਿ ਉਹ ਉੱਥੇ ਖੜਾ ਨਾ ਹੋਇਆ ਹੋਵੇ। ਹੁਣ ਰੀਤ ਜੀ ਸਵਾਲ ਇਹ ਪੈਦਾ ਹੁੰਦਾ ਕਿ ਛੇੜਖਾਨੀ ਹੋਈ, ਉੱਥੇ ਮੌਤ ਹੋਈ, ਅੱਜ ਤੱਕ ਜਿੰਨੇ ਕੁ ਵੀ ਸਵਾਰੀਆਂ ਸਨ ਕਿਸੇ ਵੀ ਸਵਾਰੀ ਨੇ ਅੱਗੇ ਆ ਕੇ ਕੋਈ ਗੱਲ ਕੀਤੀ ਆ ਕੀ ਕੁਛ ਉੱਥੇ ਹੋਇਆ? ਕਿਸੇ ਨੇ ਨੀ ਹੋਇਆ। ਪਰ ਜਿਹੜਾ ਬਿਰਤਾਂਤ ਇੱਥੇ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਵਿੱਚ ਇਹ ਜਿਹੜੇ ਕੁਛ ਇੱਕ ਲੋਕ ਜਿਹੜੇ ਮੈਨੂੰ ਕੋਈ ਹਰਜ ਨੀ ਇਹ ਗੱਲ ਕਹਿਣ ਤੇ ਜਿਹੜਾ ਟੁਕੜਿਆਂ ਤੇ ਪਲਦੇ ਨੇ ਉਹ ਇਸ ਗੱਲ ਨੂੰ ਇੱਕ ਵੱਖਰੀ ਸੇਧ ਦੇਣੀ ਚਾਹੁੰਦੇ ਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨੇ ਕੁ ਵੀ ਕਾਲਰ ਉਹਦੇ ਉੱਤੇ ਆਏ ਨੇ ਉਹਨਾਂ ਨੇ ਇਸ ਗੱਲ ਦੀ ਤਕੀਦ ਕੀਤੀ ਆ, ਇਸ ਗੱਲ ਨੂੰ ਤਸਦੀਕ ਕੀਤਾ ਵੀ ਜਿਹੜਾ ਉਹਦੇ ਪਿਓ ਨੇ ਪੈਸੇ ਲਏ ਨੇ ਉਹ ਠੀਕ ਲਏ ਨੇ ਤੇ ਉਹ ਹੁਣ ਕਿਉਂਕਿ ਉਹਨੂੰ ਕਾਨੂੰਨ ਦੇ ਉੱਤੇ ਕੋਈ ਭਰੋਸਾ ਨਹੀਂ, ਇਹ ਹੋ ਸਕਦਾ ਕਿ ਕਾਨੂੰਨ
ਉਹਨਾਂ ਨੂੰ ਖੱਜਲ ਖੁਆਰ ਕਰਦਾ। ਪਰ ਮੇਰਾ ਸਵਾਲ ਇੱਥੇ ਇਹ ਹੁੰਦਾ ਕਿ ਜਿੰਨੇ ਵੀ ਕਾਲਰ ਜਾਂ ਜਿਨ੍ਹਾਂ ਦੇ ਵੀ ਇਹ, ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਔਰਤਾਂ ਵੀ ਨੇ ਜਿਹੜੀਆਂ ਉਹਨਾਂ ਨੂੰ ਕਾਲਾਂ ਕਹਿ ਕੇ ਕਰ ਕਰਕੇ ਇਹ ਕਹਿੰਦੀਆਂ ਨੇ ਕਿ ਉਹਦੇ ਪਿਓ ਨੇ ਜੋ ਕੀਤਾ ਉਹ ਸਹੀ ਕੀਤਾ, ਹੁਣ ਜਿਹੜੀ ਲੜਕੀ ਦੀ ਮੌਤ ਹੋ ਗਈ ਆ ਉਹ ਤਾਂ ਵਾਪਸ ਨਹੀਂ ਹੋਣੀ। ਮੇਰਾ ਸਵਾਲ ਸਿਰਫ ਇਹੀ ਰਹਿੰਦਾ ਉਹਨਾਂ ਸਾਰੇ ਲੋਕਾਂ ਨੂੰ ਕਿ ਜੇ ਇਹ ਤੁਹਾਡੇ ਨਾਲ ਵਾਪਰਿਆ ਹੋਵੇ ਤੇ ਕੀ ਤੁਸੀਂ ਪੈਸੇ ਲੈ ਕੇ ਚੁੱਪ ਕਰੋਗੇ? ਮੇਰਾ ਖਿਆਲ ਉਹ ਫਿਰ ਇਹ ਕਹਿਣਗੇ ਕਿ ਅਸੀਂ ਚੁੱਪ ਨਹੀਂ ਕਰਾਂਗੇ। ਸੋ ਪਰ ਮੈਂ ਇਹ ਕਹਿੰਦਾ ਕਿ ਬਿਰਤਾਂਤ ਕਿਸ ਤਰੀਕੇ ਦੇ ਨਾਲ ਸਿਰ ਚ ਹੋ ਚੁੱਕਾ ਆ, ਕਿਹੋ ਜਿਹੀ ਮੈਂਟੈਲਿਟੀ ਸਾਡੀ ਲੋਕਾਂ ਦੀ ਬਣ ਚੁੱਕੀ ਆ। ਉਹ ਲੋਕ ਜਿਹੜੇ ਕਦੀ ਅਣਖ ਦੇ ਲਈ ਜਾਣੇ ਜਾਂਦੇ ਸਨ, ਅੱਜ ਉਹ ਪੈਸੇ ਲੈ ਕੇ ਇਹ ਸੋਚ ਰਹੇ ਨੇ ਕਿ ਅਸੀਂ ਇੱਜ਼ਤ ਦੀ ਜ਼ਿੰਦਗੀ ਜਿਹੜੀ ਆ ਉਹ ਜਿਉ ਪਾਵਾਂਗੇ। ਰੀਤ ਜੀ, ਮੈਨੂੰ ਪਤਾ ਕਿ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਇਹਦੀਆਂ ਹੋਰ ਵੀ ਬਹੁਤ ਸਾਰੇ ਰਾਜਨੀਤਿਕ ਪਹਿਲੂ ਕੀ ਸਨ ਉਹ ਵੀ ਮੈਂ ਕਰਨੇ ਚਾਹੁੰਦਾ ਸੀ। ਇਸ ਇਹਦੀਆਂ ਹੋਰ ਕਿ ਲੌਂਗ ਟਰਮ ਦੇ ਵਿੱਚ ਇਹਨਾਂ ਦੇ ਕੀ ਨਤੀਜੇ ਨਿਕਲ ਸਕਦੇ ਸੀ, ਜਾਂ ਸਾਡਾ ਕੀ ਉਹਦੇ ਤੇ ਇੱਕ ਫਰਜ਼ ਬਣਦਾ ਇਹਨਾਂ ਸਾਰੀਆਂ ਸਿਚੁਏਸ਼ਨ ਦੇ ਵਿੱਚ, ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਸਾਡਾ ਕੀ ਫਰਜ਼ ਬਣਦਾ? ਮੈਂ ਉਹਦੇ ਉੱਤੇ ਵੀ ਕੋਈ ਨਾ ਕੋਈ ਗੱਲ ਜ਼ਰੂਰ ਕਰਨੀ ਚਾਹੁੰਦਾ ਸਾਂ, ਪਰ ਮੈਨੂੰ ਵੀ ਪਤਾ ਕਿ ਸਮਾਂ ਸਾਡੇ ਕੋਲ ਬਹੁਤ ਸੀਮਿਤ ਆ। ਇੱਥੇ ਹੀ ਇਸ ਗੱਲ ਨੂੰ ਸਮੇਟਦਾ ਜੀ। ਔਰ ਜਿੰਨੇ ਵੀ ਸਾਡੇ ਲਿਸਨਰ ਨੇ, ਜਿੰਨੇ ਵੀ ਸਾਡੇ ਸਰੋਤੇ ਨੇ, ਇੱਕ ਗੱਲ ਯਾਦ ਜ਼ਰੂਰ ਰੱਖਿਓ ਕਿ ਅੱਜ ਸਾਨੂੰ ਇਹ ਲੱਗਦਾ ਕਿ ਸਾਡੇ ਨਾਲ ਨਹੀਂ ਹੋਈ, ਕਦੀ ਵੀ ਹੋ ਸਕਦਾ ਕਿ ਕੋਈ ਨਾ ਕੋਈ ਇਹ ਚੀਜ਼ ਜਿਹੜੀ ਆ ਸਾਡੇ ਨਾਲ ਵਾਪਰ ਜਾਵੇ। ਜੇਕਰ ਅਸੀਂ ਅੱਜ ਨਾ ਉੱਠੇ, ਜੇਕਰ ਅਸੀਂ ਆਪਣੀ ਜ਼ੁਬਾਨ ਜਿਹੜੀ ਅੱਜ ਨਾ ਖੋਲੀ, ਜੇਕਰ ਅਸੀਂ ਆਪਣੀ ਆਵਾਜ਼ ਬੁਲੰਦ ਨਾ ਕੀਤੀ, ਤੇ ਕੱਲ ਨੂੰ ਅਸੀਂ ਇਸ ਚੀਜ਼ ਦੇ ਲਈ ਰਾਜ਼ੀ ਰਹੀਏ, ਇਸ ਚੀਜ਼ ਦੇ ਲਈ ਤਿਆਰ ਰਹੀਏ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨਾਲ ਵੀ ਜਿਹੜੀ ਦੁਰਘਟਨਾ ਉਹ ਜ਼ਰੂਰ ਵਾਪਰੇਗੀ ਜੀ। ਬਿਲਕੁਲ ਵੀਰ ਜੀ, ਈਵਨ ਤੋਂ ਅੱਜ ਤੋਂ ਚਲੋ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਅਗਲੀ ਵਾਰ ਵੀ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਪਰ ਫੋਰ ਦੈਟ ਮੀਡੀਆ ਪਰਸਨ ਹੂ ਇਜ਼ ਇਨ ਕੈਨਡ, ਆਈ ਵੁਡ ਲਾਈਕ ਡੈਫੀਨਿਟਲੀ ਲਾਈਕ ਟੂ ਸੇ ਕਿ ਜਿਸ ਤਰ੍ਹਾਂ ਇਹ ਤਾਂ ਉਹਨਾਂ ਨੇ ਇਸ ਵਾਰੀ ਕਹਿ ਦਿੱਤਾ ਕਿ ਸ਼ਾਇਦ ਉਹਨਾਂ ਨੇ ਪੈਸੇ ਨਹੀਂ ਦਿੱਤੇ ਸੀ, 3 ਟਿਕਟਾਂ ਲਿੱਤੀਆਂ ਸੀ ਤਾਂ ਕਰਕੇ ਥੱਲੇ ਉਤਾਰਤਾ, ਪਰ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਪਹਿਲਾਂ ਵੀ ਬਹੁਤ ਸਾਲਾਂ ਦੇ ਵਿੱਚ ਵਾਪਰੀਆਂ ਨੇ, ਜਿਸ ਦੇ ਵਿੱਚ ਇਹੀ ਓਰਬਿਟ ਬੱਸ ਦੇ ਲੋਕਾਂ ਨੇ 80-90 ਲੋਕਾਂ ਨੂੰ ਬੱਸ ਥੱਲੇ ਕੁਚਲ ਦਿੱਤਾ। ਆਈ ਮੀਨ ਆਰ ਦੇ ਬਲਾਈਂਡ, ਆਰ ਦੇ ਡਰੱਗ ਐਰਿਕ, ਆਰ ਦੇ ਡਰੱਗਸ ਟੇਕਿੰਗ ਡਰੱਗਸ, ਆਰ ਦੇ ਲਾਈਕ ਟੇਕਿੰਗ ਅਲਕੋਹੋਲਿਕ, I don't know what's going on with these people. ਜੇ ਸਾਡੇ ਆਈ ਨੋ ਕਿ ਸਾਨੂੰ ਪਤਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਗਲਤ, ਜਿਹੜੇ ਗਲਤ ਬੰਦੇ ਨੇ, ਜੇ ਆਪਣੇ ਪੰਜਾਬ ਦੇ ਜਵਾਨ ਨੇ ਜਾਂ ਆਪਣੇ ਪੰਜਾਬ ਸਰਕਾਰ ਗਲਤ ਬੰਦਿਆਂ ਦੇ ਹੱਥ ਆਈ ਹੋਈ ਹੈ। ਸੋ ਸਾਡਾ ਫਰਜ਼ ਬਣਦਾ ਅਸੀਂ ਟੀਵੀ ਰਾਹੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਅਵੇਅਰ ਕਰੀਏ। ਸੋ ਵੀ ਡੋਂਟ ਕੇਅਰ ਅਬਾਊਟ ਵਟ ਅਦਰ ਮੀਡੀਆ ਪੀਪਲ ਦੇ ਹੈਵ ਟੂ ਸੇ ਅਬਾਊਟ ਦਿਸ, ਬਟ ਡੈਫੀਨੇਟਲੀ ਯਾ ਯੂਅਰ ਰਾਈਟ, ਨੈਕਸਟ ਟਾਈਮ ਵੀ ਵਿਲ ਟਾਕ ਮੋਰ ਇਨ ਡੀਟੇਲ ਕਿ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਯੂ ਨੋ ਇੱਕ ਪੁਲਿਸ ਆਫਿਸਰ ਸੀਗੇ ਅੰਮ੍ਰਿਤਸਰ ਦੇ ਵਿੱਚ, ਜਿਹਨੇ ਬੱਚੀ ਨੂੰ ਇਹਨਾਂ ਨੇ ਤੰਗ ਕੀਤਾ ਸੀਗਾ, ਐਂਡ ਹਾਓ ਇਹਨਾਂ ਨੇ ਪੁਲਿਸ ਅਫਸਰ ਨੂੰ ਮਾਰ ਦਿੱਤਾ ਸੀ, ਉਹਨਾਂ ਦੇ ਘਰ ਦੇ ਵਿੱਚ ਕਿਸ ਤਰ੍ਹਾਂ ਚੁੱਪ ਕਰਵਾ ਦਿੱਤਾ ਸੀ। ਸੇਮ ਥਿੰਗ ਹੈਪਨਿੰਗ ਵਿਦ ਦੀਸ ਪੀਪਲ ਐਸ ਵੈਲ, ਕਿਸ ਤਰ੍ਹਾਂ ਇਹ ਪਿਓ ਨੂੰ ਚੁੱਪ ਕਰਵਾ ਦਿੱਤਾ। ਸੋ ਵੀ ਵਿਲ ਗੋ ਮੋਰ ਇਨ ਟੂ ਡੀਟੇਲ ਅਬਾਊਟ ਦੈਟ ਨੈਕਸਟ ਟਾਈਮ, ਰਾਜਨੀਤਿਕ ਵਿੱਚ ਵੀ ਜਾਵਾਂਗੇ ਅਸੀਂ, ਪਰ ਅੱਜ ਤਾਂ ਚਲੋ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲਵਾਂਗੇ ਇਸ ਦੇ ਨਾਲ ਹੀ। ਸੋ ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।